ਸਭ ਤੋਂ ਕਮਾਲ ਦਾ ਥਾਟ ਇਹਨਾਂ ਘਰਾਂ 'ਚ ਆ ਕੇ ਲੱਗਦਾ ਨਾ, ਤਾਂ ਰੱਬ ਨਾਲੋਂ ਲਾਂਭੇ ਨਿਬੜ ਜਾਂਦੇ ਆ। ਹੈ ਜਦੋਂ ਅਲੱਗ ਅਲੱਗ ਤਰ੍ਹਾਂ ਦੀ ਜਰਨੀ ਬਾਰੇ ਸੁਣਦੇ ਹਾਂ ਕਿ ਕੋਈ ਇੱਕ ਵੇਲਾ ਸੀ ਅਮੈਰੀਕਾ ਦਾ PR ਸੀ ਔਰ ਅੱਜ ਉਹ ਇੱਥੇ ਆਪਣੀ ਜ਼ਿੰਦਗੀ ਬਸਰ ਕਰ ਰਿਹਾ, ਹਾਲਾਂਕਿ ਬਹੁਤ ਸੋਹਣੀ ਜ਼ਿੰਦਗੀ ਬਸਰ ਕਰ ਰਿਹਾ, ਪਰ ਕਿਤੋਂ ਟੁੱਟ ਕੇ ਇੱਥੇ ਜੁੜਿਆ। ਚਾਰ ਰੋਜ਼ ਦਾ ਮੇਲਾ ਹੋਇਆ ਭਰਾਵਾ, ਨਾ ਕਿਸੇ ਨੂੰ ਨਫ਼ਰਤ ਕਰੀ, ਨਾ ਕੋਈ ਐਸਾ ਕਰਮ ਬੀਜੀ ਕਿ ਗਾਂ ਫਿਰ ਹੱਥਾਂ ਨੂੰ ਦਿੱਤੀਆਂ ਮੂੰਹ ਨੇ ਖੋਲਣੀਆਂ ਪੈਣ। ਭਲਿਆਂ ਦੇ ਆਸ਼ਰਮ ਨੇ ਅਤੇ ਵਡਿਆਈ ਓ ਵਡਿਆਈ ਹੈ ਬਾਈ। ਆਪ ਅੱਜ ਬਹੁਤ ਚੰਗਾ ਲੱਗਿਆ, ਇੰਨਾ ਧਰਮਣਾ ਆਨੰਦ ਆਇਆ ਪਿਆ, ਜੀ ਕਰਦਾ ਜੀ ਹੋਰ ਗਾਈ ਜਾਈਏ, ਇਹਨਾਂ ਨੇ ਗਾਉਣ ਹੀ ਦਿੱਤਾ। ਮੇਰੇ ਭਾਂਡੇ 'ਚ ਕਿੰਨਾ ਕੁ ਹੈ ਉਹਨਾਂ ਕੁ ਦਿਖ ਜਾਂਦਾ ਉਹ, ਅਤੇ ਜਿਨ੍ਹਾਂ ਦੇ ਭਾਂਡੇ ਭਰਪੂਰ ਹੈ ਸੋ ਉਹ ਭਰਾਵਾ ਦਿਖੀ ਹੋ ਜਾਂਦਾ ਉਹਨਾਂ ਨੂੰ ਚਿੱਤੋਂ ਪੈਰ। ਮਹਾਰਾਜ ਅੱਗੇ ਅਰਦਾਸ ਕਰੀਏ ਆਪਾਂ ਇਸ ਵਿਹੜੇ 'ਚੋਂ ਕਿ ਮਹਾਰਾਜ ਸਾਰਿਆਂ ਨੂੰ ਇੰਨਾ ਗਿਆਨ ਦੇ ਦੇ, ਸਾਰਿਆਂ ਨੂੰ ਇੰਨਾ ਕੁ ਯੋਗ ਬਣਾ ਦੇ, ਇਸ ਤਰ੍ਹਾਂ ਦੇ ਖਿਆਲਾਤ ਅੰਦਰ ਪੈਦਾ ਕਰਦੇ ਕਿ ਬਸ ਭਲਾ ਹੀ ਕਰੇ ਕੋਈ, ਜਿਹਨੂੰ ਕੋਈ ਕੁਰਸੀ ਮਿਲੀ ਹੈ, ਕੋਈ ਤਖ਼ਤ ਮਿਲਿਆ, ਕੋਈ ਕਿਸੇ ਦੀ ਗਾਉਣ 'ਤੇ ਡਿਊਟੀ ਹੈ, ਕਿਸੇ ਦੀ ਨੱਚਣ 'ਤੇ ਡਿਊਟੀ ਹੈ, ਕਿਸੇ ਦੀ ਗੁਰੂ ਘਰਾਂ 'ਚ ਸੇਵਾ ਲੱਗੀ ਹੈ, ਕਿਸੇ ਦੀ ਆਸ਼ਰਮਾਂ 'ਚ ਸੇਵਾ ਲੱਗੀ ਹੈ। ਆਹ ਡਿਪਾਰਟਮੈਂਟ ਤੁਹਾਡੇ ਵਾਲਾ ਮੈਂ ਅਕਸਰ ਕਹਿੰਦਾ ਹੁੰਦਾ, ਮੀਡੀਆ ਵਨ ਆਫ ਦਾ ਮੋਸਟ ਇੰਪੋਰਟੈਂਟ ਜਿਹੜਾ ਪਾਰਟ ਹੈ ਸੋਸਾਇਟੀ ਦਾ, ਕਿ ਆਪਾਂ ਸਾਰੇ ਖੜ੍ਹੇ ਹੋ ਕੇ ਬਸ ਆਪਦੀਆਂ ਜ਼ਿੰਮੇਵਾਰੀਆਂ ਨਿਭਾ ਦਈਏ। ਮੈਂ ਤਾਂ 40 ਦਾ ਹੋ ਗਿਆ ਭਰਾਵਾ, ਅਤੇ ਹਮੇਸ਼ਾ ਕਹੀਦਾ ਕਿ ਲੱਖਾਂ ਕਮੀਆਂ ਹੈ ਮੇਰੇ 'ਚ, ਜੋ ਮੈਂ ਸਟੇਜ 'ਤੇ ਦੇਖਦਾ, ਟੂ ਬੀ ਵੈਰੀ ਓਨੈਸਟ, ਇੱਦਾਂ ਦਾ ਨਹੀਂ ਹੈ ਮੈਂ ਸਾਰੇ ਦਾ ਸਾਰਾ। ਮੈਨੂੰ ਅੱਖੀਆਂ ਰੋਣ ਗਈਆਂ, ਤੂੰ ਲੱਕੜਾਂ ਦੇ ਉੱਤੇ ਲੱਕੜਾਂ ਬਲਦੀਆਂ ਹੋਣ ਗਈਆਂ, ਇੱਕ ਦਿਨ ਇਹ ਤੂੰ ਲੱਕੜਾਂ ਦੇ ਭਾਈ ਮੈਂ ਲੱਕੜਾਂ ਦੇ ਉੱਤੇ ਲੱਕੜਾਂ ਬਲਦੀਆਂ ਹੋਣ ਗਈਆਂ, ਓਏ ਵੇਖ ਭਾਈ ਬਲਿਆ। ਕੁੜੀਆਂ ਦੀ ਲੋਹੜੀ ਮਨਾਉਣੀ ਕਰਮ ਵਾਲੇ ਮਨਾਉਂਦੇ। ਜਿਸ ਘਰ ਵਿੱਚ ਧੀ ਆ ਜਾਵੇ। ਲੋਹੜੀ ਮੌਕੇ ਗਾਇਕ ਕਨਵਰ ਗਰੇਵਾਲ ਪ੍ਰਭ ਆਸਰਾ ਸੰਸਥਾ ਕੁਰਾਲੀ ਵਿਖੇ ਪਹੁੰਚੇ, ਜਿੱਥੇ ਉਹਨਾਂ ਵੱਲੋਂ ਮੰਚ ਤੇ ਸੂਫੀ ਗਾਇਕੀ ਦੇ ਨਾਲ ਸਮਾਂ ਵੀ ਬੰਨਿਆ ਗਿਆ। ਦੱਸ ਦਈਏ ਕਿ ਅਨਾਥ ਬੇਸਹਾਰਾ ਬੱਚਿਆਂ ਦੇ ਨਾਲ ਕਨਵਰ ਗਰੇਵਾਲ ਨੇ ਲੋਹੜੀ ਵੀ ਮਨਾਈ। ਪ੍ਰਭ ਆਸਰਾ ਸੰਸਥਾ ਦੇ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਨੇ ਸਮੂਹ ਸੰਗਤ ਦਾ ਧੰਨਵਾਦ ਵੀ ਕੀਤਾ। ਪ੍ਰੈਸ ਵਾਰਤਾ ਦੌਰਾਨ ਗਰੇਵਾਲ ਨੇ ਕਿਹਾ ਕਿ ਸਮੁੱਚੀ ਦੁਨੀਆਂ ਨੂੰ ਪਿਆਰ ਭਾਵਨਾ ਨਾਲ ਰਹਿਣਾ ਚਾਹੀਦਾ। ਆਓ ਤੁਹਾਨੂੰ ਵੀ ਸੁਣਾ ਦਿੰਦੇ ਹਾਂ ਗਾਇਕ ਕਨਵਰ ਗਰੇਵਾਲ ਦੀਆਂ ਆ ਖਾਸ ਗੱਲਾਂ। ਕੁਰਾਲੀ ਤੋਂ ਡੇਲੀ ਪੋਸਟ ਪੰਜਾਬੀ ਦੇ ਲਈ ਅਜੇ ਰਾਥੋੜ ਦੀ ਰਿਪੋਰਟ। ਬਰਕਤ ਆ ਜਾਂਦੀ ਹੈ, ਇਹ ਕਿਸੇ ਕੋਲੋਂ ਕੁਝ ਨਹੀਂ ਮੰਗਦੀ, ਉਹ ਭਾਗਾਂ ਦਾ ਖਾਂਦੀ ਹੈ। ਵੀਰ ਦੇ ਵਿਆਹ ਤੇ ਨੱਚਦੀ ਤੇ ਗਾਉਂਦੀ, ਛਗਣਾ ਦੀ ਘੋੜੀ ਉਹ ਕਰਮਾਂ ਵਾਲੇ ਵੰਡਦੇ ਨੇ ਬਾਬਾ, ਧੀਆਂ ਦੀ ਲੋਹੜੀ ਵੇ ਕਰਮਾਂ ਵਾਲੇ ਵੰਡਦੇ ਨੇ ਬਾਬਾ, ਧੀਆਂ ਦੀ ਲੋਹੜੀ ਗਰੇਵਾਲ ਸਾਹਿਬ ਪ੍ਰਭ ਆਸਰਾ ਸੰਸਥਾ ਅੱਜ ਬੇਸਹਾਰਾ ਜਿਹੜੇ ਮਾਸੂਮ ਨੇ ਉਹਨਾਂ ਦੇ ਨਾਲ ਅੱਜ ਲੋਹੜੀ ਦੇ ਤਿਉਹਾਰ 'ਤੇ ਆਪ ਖੁਸ਼ੀਆਂ ਸਾਂਝੀਆਂ ਕਰਨ ਆਏ ਹੋ, ਪਬਲਿਕ ਨੂੰ ਆਵਾਮ ਨੂੰ ਕੀ ਸੁਨੇਹਾ? ਬਸ ਭਰਾਵਾ ਸੁੱਖ ਦਾ ਸੁਨੇਹਾ ਹੀ ਹੈ ਬਾਈ, ਤੁਹਾਡੇ ਸਾਰਿਆਂ ਲਈ ਬਹੁਤ ਬਹੁਤ ਪਿਆਰ ਸਤਿਕਾਰ, ਅਤੇ ਬਾਅਦ 'ਚ
ਮੈਨੂੰ ਲੱਗਦਾ ਮਾਹੌਲ ਹੀ ਬੋਲ ਦਿੰਦਾ ਸਾਰੀਆਂ ਗੱਲਾਂ ਨਾ, ਜਿਹੜੇ ਲੋਕ ਸਮਝਦੇ ਹੈ ਮਹਿਸੂਸ ਕਰਦੇ ਹੈ ਇਸ ਆਬੋ ਹਵਾ ਨੂੰ, ਇਸ ਕੁਦਰਤ ਨੂੰ, ਇਸ ਪ੍ਰੇਮ ਨੂੰ, ਸਾਰੇ ਭਾਈਚਾਰਿਆਂ ਨੂੰ ਅਤੇ ਬਾਕੀ ਕਰਮਾਂ ਦੇ ਗੇੜ ਨੂੰ। ਬੇਸਿਕਲੀ ਮੈਨੂੰ ਲੱਗਦਾ ਜਿਹੜਾ ਸਭ ਤੋਂ ਕਮਾਲ ਦਾ ਥੋਟ ਇਹਨਾਂ ਘਰਾਂ 'ਚ ਆ ਕੇ ਲੱਗਦਾ ਨਾ ਤਾਂ ਰੱਬ ਨਾਲੋਂ ਲਾਂਭੇ ਨਿਬੜ ਜਾਂਦੇ ਹੈ। ਹੈ ਜਦੋਂ ਅਲੱਗ ਅਲੱਗ ਤਰ੍ਹਾਂ ਦੀ ਜਰਨੀ ਬਾਰੇ ਸੁਣਦੇ ਹਾਂ ਕਿ ਕੋਈ ਇੱਕ ਵੇਲਾ ਸੀ ਅਮਰੀਕਾ ਦਾ PR ਸੀ ਔਰ ਅੱਜ ਉਹ ਇੱਥੇ ਆਪਣੀ ਜ਼ਿੰਦਗੀ ਬਸਰ ਕਰ ਰਿਹਾ, ਹਾਲਾਂਕਿ ਬਹੁਤ ਸੋਹਣੀ ਜ਼ਿੰਦਗੀ ਬਸਰ ਕਰ ਰਿਹਾ ਪਰ ਕਿਤੋਂ ਟੁੱਟ ਕੇ ਇੱਥੇ ਜੁੜਿਆ ਉਹ ਪਰਿਵਾਰਕ ਲੈਵਲ ਦੇ ਸੋਸ਼ਲ ਪੁਆਇੰਟ ਆਫ ਵਿਊ ਤੋਂ ਜਦੋਂ ਆਪਾਂ ਗੱਲਾਂ ਕਰਦੇ ਹਾਂ ਤਾਂ ਇੱਥੇ ਮੈਨੂੰ ਲੱਗਦਾ ਇਹ ਚੀਜ਼ਾਂ ਸਾਨੂੰ ਹੋਰ ਸੁਚੇਤ ਕਰਦੀਆਂ ਕਿ ਯਾਰ ਨਾ 4 ਰੋਜ਼ ਦਾ ਮੇਲਾ ਹੋਇਆ ਭਰਾਵਾ, ਨਾ ਕਿਸੇ ਨੂੰ ਨਫ਼ਰਤ ਕਰੀ, ਨਾ ਕੋਈ ਐਸਾ ਕਰਮ ਬੀਜੀ ਕਿ ਗਾਂ ਫਿਰ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਣ। ਸੋ ਇਹ ਭਲਿਆਂ ਦੇ ਆਸ਼ਰਮ ਨੇ ਅਤੇ ਵਡਿਆਈ ਓ ਵਡਿਆਈ ਹੈ ਬਾਈ, ਹੈ ਅਤੇ ਬਾਕੀ ਅਸੀਂ ਕੁਛ ਨਹੀਂ ਇੱਥੇ ਕਰ ਸਕਦੇ। ਅੱਜ ਤਾਂ ਕਿ ਮੈਨੂੰ ਤਾਂ ਆਪ ਅੱਜ ਬਹੁਤ ਚੰਗਾ ਲੱਗਿਆ, ਇੰਨਾ ਧਰਮਣਾ ਆਨੰਦ ਆਇਆ ਪਿਆ ਸੀ ਨਾ, ਜੀ ਕਰਦਾ ਸੀ ਹੋਰ ਗਾਈ ਜਾਈਏ, ਇਹਨਾਂ ਨੇ ਗਾਉਣ ਹੀ ਨਹੀਂ ਦਿੱਤਾ। ਗਰੇਵਾਲ ਸਾਹਿਬ ਰੱਬ ਕਿੱਥੇ ਵੱਸਦਾ? ਯਾਰ ਰੱਬ ਤਾਂ ਬਾਈ ਐਂ ਦੱਸ ਕਿੱਥੇ ਨਹੀਂ ਵੱਸਦਾ। ਸੋ ਰੱਬ ਕਿੱਥੇ, ਰੱਬ ਤਾਂ ਯਾਰ ਹਰ ਥਾਂ ਹੀ ਵੱਸਦਾ ਭਰਾਵਾ, ਉਹ ਬਸ ਇਹ ਹੈ ਕਿ ਮੇਰੇ ਭਾਂਡੇ 'ਚ ਕਿੰਨਾ ਕੁ ਹੈ ਉਹਨਾਂ ਕੁ ਦਿਖ ਜਾਂਦਾ ਉਹ, ਅਤੇ ਜਿਨ੍ਹਾਂ ਦੇ ਭਾਂਡੇ ਭਰਪੂਰ ਹੈ ਸੋ ਉਹ ਭਰਾਵਾ ਦਿਖੀ ਹੋ ਜਾਂਦਾ ਉਹਨਾਂ ਨੂੰ ਚੱਤੋਂ ਪੈਰ। ਮਹਾਰਾਜ ਅੱਗੇ ਅਰਦਾਸ ਕਰੀਏ ਆਪਾਂ ਇਸ ਵੇਲੇ 'ਚੋਂ ਕਿ ਮਹਾਰਾਜ ਸਾਰਿਆਂ ਨੂੰ ਇੰਨਾ ਕੁ ਗਿਆਨ ਦੇ, ਸਾਰਿਆਂ ਨੂੰ ਇੰਨਾ ਕੁ ਯੋਗ ਬਣਾ ਦੇ, ਇਸ ਤਰ੍ਹਾਂ ਦੇ ਖਿਆਲਾਤ ਅੰਦਰ ਪੈਦਾ ਕਰ ਦੇ ਕਿ ਬਸ ਭਲਾ ਹੀ ਕਰੇ ਕੋਈ, ਜਿਹਨੂੰ ਕੋਈ ਕੁਰਸੀ ਮਿਲੀ ਹੈ, ਕੋਈ ਤਖਤ ਮਿਲਿਆ, ਕੋਈ ਕਿਸੇ ਦੀ ਗਾਉਣ 'ਤੇ ਡਿਊਟੀ ਹੈ, ਕਿਸੇ ਦੀ ਨੱਚਣ 'ਤੇ ਡਿਊਟੀ ਹੈ, ਕਿਸੇ ਦੀ ਗੁਰੂ ਘਰਾਂ 'ਚ ਸੇਵਾ ਲੱਗੀ ਹੈ, ਕਿਸੇ ਦੀ ਆਸ਼ਰਮਾਂ 'ਚ ਸੇਵਾ ਲੱਗੀ ਹੈ। ਆਹ ਡਿਪਾਰਟਮੈਂਟ ਤੁਹਾਡੇ ਵਾਲਾ ਮੈਂ ਅਕਸਰ ਕਹਿੰਦਾ ਹੁੰਦਾ, ਮੀਡੀਆ ਵਨ ਆਫ ਦਾ ਮੋਸਟ ਇੰਪੋਰਟੈਂਟ ਜਿਹੜਾ ਪਾਰਟ ਹੈ ਸੋਸਾਇਟੀ ਦਾ, ਕਿ ਆਪਾਂ ਸਾਰੇ ਖਰੇ ਹੋ ਕੇ ਬਸ ਆਪਦੀਆਂ ਜ਼ਿੰਮੇਵਾਰੀਆਂ ਨਿਭਾ ਦਈਏ। ਗਵਈਆ ਵੀ ਕੋਈ ਛੋਟੀ ਸ਼ਹਿਰ ਨਹੀਂ ਹੈ ਬਾਈ, ਹੈ ਨਾ, ਗਵਈਆ ਇਸ ਸਟੇਜ 'ਤੇ ਖੜ੍ਹ ਕੇ ਗੰਦ ਵੀ ਪਾ ਸਕਦਾ, ਕੁਛ ਗਲਤ ਮੈਸੇਜ ਵੀ ਦੇ ਸਕਦਾ, ਪਰ ਮੈਂ ਕਹਿੰਦਾ ਕਿ ਮਹਾਰਾਜ ਸਾਨੂੰ ਸਾਰਿਆਂ ਨੂੰ ਇੰਨੀ ਕੁ ਮੱਤ ਬਖਸ਼ੇ, ਇਸ ਮੱਤ ਬਖਸ਼ੇ ਕਿ ਅਸੀਂ ਚੰਗੇ ਗੀਤ ਗਾਉਂਦੇ ਰਹੀਏ। ਜਾਣੀ ਆਪਾਂ ਪਹਿਲਾਂ ਗੱਲ ਕਰਕੇ ਹਟਾ ਨਾ ਵੱਡੇ ਬਾਈ, ਕਰਮ ਗੇੜ ਬਹੁਤ ਪ੍ਰੋਬਲਮ ਹੈ ਅੱਜ ਦੇ ਟਾਈਮ 'ਚ ਨਾ, ਮੈਂ ਕਿੰਨੇ ਬੰਦੇ ਸੁਸਾਇਟੀ 'ਚ ਸੁਣਦਾ ਹੋਏ ਕਿ ਮੈਂ ਕਿਸੇ ਦਾ ਕੀ ਮਾੜਾ ਕੀਤਾ ਇਸ ਜਨਮ 'ਚ, ਮੇਰੇ ਨਾਲ ਇੱਦਾਂ ਕਿਉਂ ਹੋ ਰਿਹਾ, ਮੈਂ ਤਾਂ ਕਦੇ ਕਿਸੇ ਦਾ ਮਾੜਾ ਕੀਤਾ ਹੀ ਨਹੀਂ। ਤਾਂ ਇੱਕ ਗੱਲ ਬਾਬਾ ਆਪਾਂ ਨੂੰ ਸਾਰਿਆਂ ਨੂੰ ਬੁੱਝਣੀ ਪੈਣੀ ਹੈ ਕਿ ਇਸ ਵਾਰੀ ਦਾ ਹਿਸਾਬ ਕਿਤਾਬ ਥੋੜ੍ਹਾ ਹੀ ਹੈ, ਜੇ ਇਸ ਵਾਰੀ ਦਾ ਹੋਵੇ ਫਿਰ ਤਾਂ ਬਾਹਲਾ ਹੀ ਸੌਖਾ ਕੰਮ ਹੈ, ਫਿਰ ਤਾਂ ਲਾਂਭਾ ਖਰਾ ਵੀ ਯਾਰ ਮੈਂ ਇਸ ਵਾਰੀ 40 ਸਾਲਾਂ ਹੋ ਗਿਆ, ਮੈਂ ਤਾਂ ਕਿਸੇ ਦਾ ਮਾੜਾ ਹੀ ਨਹੀਂ ਕੀਤਾ, ਅਤੇ ਤੂੰ ਮੈਨੂੰ ਕਿਉਂ ਇੱਦਾਂ ਕਰ ਰੱਖਿਆ। ਪਿਛਲੀਆਂ ਕਹਾਣੀਆਂ ਬਾਈ, ਹੈ ਨਾ, ਕਿਸੇ ਦਾ ਕੋਈ ਜਵਾਨ ਧੀ ਪੁੱਤ ਛੱਡ ਕੇ ਜਾਂਦਾ ਮਾਂ ਨੂੰ, ਕੋਈ ਮਾਂ ਦਾ ਹਿਸਾਬ ਕਿਤਾਬ ਹੈ, ਕੋਈ ਕਿਸੇ ਦੇ ਆਉਂਦਾ ਹੈ ਉਹਦਾ ਹਿਸਾਬ ਕਿਤਾਬ ਹੈ, ਕਿਸੇ ਕੁੱਖ ਨੂੰ ਭਾਗ ਲੱਗਦੇ ਉਹਦਾ ਹਿਸਾਬ ਕਿਤਾਬ ਹੈ, ਪ੍ਰੈਕਟੀਕਲ ਜਿਹਾ ਮਸਲਾ ਹੀ ਹੈ ਤਾਂ ਬਾਈ, ਹੈ ਨਾ, ਅਤੇ ਕਦਰਾਂ ਕੀਮਤਾਂ ਬਸ ਜਿਹੜੇ ਸਾਂਭ ਲੈਣਗੇ ਬਾਈ, ਉਹਨਾਂ ਨੂੰ ਅਸੀਸਾਂ ਦੁਆਵਾਂ ਨੇ, ਅਤੇ ਨਹੀਂ ਤਾਂ ਲਿਖੇ ਆ ਬਾਈ ਭਗਤ ਨੇ ਭੈਣੇ। ਮੇਰੀ ਤਾਂ ਆ ਕੇ ਬਾਈ ਅਖੀਰ ਤਾਂ ਉੱਥੇ ਨਿਬੜ ਜਾਣੀ ਹੈ, ਉਹ ਜਿਵੇਂ ਭੋਗਾਂ ਤਾਂ ਨਹੀਂ ਬੈਠੇ ਗੱਲਾਂ ਕਰ ਦਿੰਦੇ, ਕਈ ਵਾਰੀ ਕੋਈ ਬੋਲ ਦਿੰਦਾ ਜੇ ਐਂ ਕਰ ਲੈਂਦੇ ਐਂ ਹੋ ਜਾਂਦਾ, ਅਸੀਂ ਬਥੇਰਾ ਆਖਿਆ ਸੀ ਰਾਤ ਨੂੰ ਨਾ ਤੁਰਦਾ, ਐਕਸੀਡੈਂਟ ਨਾ ਹੁੰਦਾ, ਬਚ ਜਾਂਦਾ, ਹੈ ਨਾ, ਜਾਂ ਐਂ ਕਰ ਲੈਂਦਾ ਐਂ ਹੋ ਜਾਂਦਾ, ਅਖੀਰ 'ਤੇ ਇੱਕ ਬਜ਼ੁਰਗ ਪਾਸੇ ਜੋ ਬੋਲਦਾ ਭਾਈ ਫਿਰ ਉਹਦੀ ਨੂੰ ਹੋਣੀ ਨੂੰ ਕੌਣ ਟਾਲੇ, ਇੱਥੇ ਆ ਕੇ ਫਿਰ ਸਾਡਾ ਸਮਾਜ ਚੁੱਪ ਕਰ ਜਾਂਦਾ ਵੀ ਹਾਂ ਯਾਰ ਵੀ ਇਹੀ ਤਾਂ ਅਸਲ ਗੱਲ ਸੀ ਜਿਹੜੀ ਤੂੰ ਪੌਣੇ ਘੰਟੇ ਬਾਅਦ ਬੋਲੀ ਹੈ, ਵੀ ਜੇ ਪਹਿਲਾਂ ਹੀ ਅਸੀਂ ਹਰ ਗੱਲ 'ਚ ਕਹਿ ਦਈਏ ਕਿ ਹੋਣੀ, ਹੈ ਨਾ, ਤਾਂ ਫਿਰ ਮੈਂ ਕਹਿ ਦਿਆਂ ਕਿ ਪਿਛਲਾ ਹਿਸਾਬ ਕਿਤਾਬ ਹੈ ਬਾਈ ਕਰਮਾਂ ਦਾ, ਇਹ ਲੇਖਾ ਜੇ ਕੋਈ ਇਕੱਲਾ ਹੈ ਜਾਂ ਕਿਸੇ ਕੋਲ ਬਾਹਲੀ ਰੌਣਕ ਹੈ ਜਾਂ ਕੋਈ ਚੁੱਪ ਹੈ ਜਾਂ ਕੋਈ ਹੱਸੀ ਹੋ ਜਾਂਦਾ ਜਾਂ ਕੋਈ ਰੋਈ ਹੋ ਜਾਂਦਾ ਜਾਂ ਕੋਈ ਬਿਮਾਰ ਹੀ ਹੈ ਜਾਂ ਕੋਈ ਤਾਂ ਘੋੜੇ ਵਾਂਗੂ ਨੱਚਦਾ ਫਿਰਦਾ, ਤਾਂ ਮੈਨੂੰ ਲੱਗਦਾ ਸਭ ਪਿਛਲੇ ਹਿਸਾਬ ਕਿਤਾਬ ਹੈ, ਬਸ ਬੀ ਅਲਰਟ ਜਿਹੜਾ ਆਹ ਜਨਮ ਹੈ ਹੁਣ। ਮੈਂ ਤਾਂ 40 ਦਾ ਹੋ ਗਿਆ ਭਰਾਵਾ, ਅਤੇ ਹਮੇਸ਼ਾ ਕਹੀਦਾ ਕਿ ਲੱਖਾਂ ਕਮੀਆਂ ਹੈ ਮੇਰੇ 'ਚ ਜੋ ਮੈਂ ਸਟੇਜ 'ਤੇ ਦੇਖਦਾ, ਟੂ ਬੀ ਵੈਰੀ ਓਨੈਸਟ,
ਇੱਦਾਂ ਦਾ ਨਹੀਂ ਹੈ ਮੈਂ ਸਾਰੇ ਦਾ ਸਾਰਾ, ਪੜ੍ਹੀਆਂ ਮੇਰੇ 'ਚ ਵੀ ਕਮੀਆਂ ਨੇ, ਬਸ ਆਪਦੀਆਂ ਆਪਦੀਆਂ ਕਬੂਲ ਲਈਏ ਅਤੇ ਜੇ ਕੁਛ ਚੰਗਾ ਬੀਜ ਸਕਦੇ ਹਾਂ ਤਾਂ ਬੀਜ ਲਈਏ। ਮਰਨਾ ਤਾਂ ਬਈ ਹੈਗਾ ਹੀ ਹੈ ਹੁਣ, ਹਨਾ ਇਹ ਤਾਂ। ਹਾਂਜੀ ਮੈਂ ਇਹਨਾਂ ਵਾਲਾ ਪਹਿਲਾਂ ਗਾਦਾ ਜੀ ਪਹਿਲਾਂ ਕਿ ਮਰਨਾ ਤਾਂ ਹੈਗਾ ਹੀ ਹੈ, ਫਿਰ ਹੁਣ ਸਾਰਿਆਂ ਨੇ ਮਰਨਾ ਅਤੇ ਬਸ ਜਿਹੜੇ ਲੋਕ ਇਹ ਸੋਚ ਕੇ ਅਤੇ ਸਮਝ ਕੇ ਜਿਉਂਦੇ ਆ ਵੀ ਜਿੱਦੇ ਪੂਰੇ ਹੋ ਗਏ ਉਦੋਂ ਤਾਂ ਉਹ ਰਜਾਈ 'ਚੋਂ ਚੱਕ ਕੇ ਲੈ ਜੂ, ਕਿਉਂ ਵੱਡੇ ਭਾਈ ਉਹਦੇ ਲੈ ਜੂ ਚੱਕ ਕੇ ਉਹ, ਅਤੇ ਇਸ ਕਰਕੇ ਆਪਾਂ ਜੇ ਜੂ ਜੀ ਲੱਗਣੋਂ ਹਟ ਜੇ ਅਤੇ ਮਰਨਾ ਤਾਂ ਹੈਗਾ ਹੀ ਆ ਓਏ, ਹੈਨਾ ਮੇਰੇ ਜਿੰਨੇ ਲਿਖੇ ਆ ਨਾ ਇੱਕ ਘੱਟ ਆਵੇ ਨਾ ਇੱਕ ਵੱਧ ਆਵੇ, ਜੇ ਇਹ ਗੱਲ ਕਿਤੇ ਮੇਰੀ ਸੁਰਤ 'ਚ ਬਹਿ ਜੇ ਪਹਿਲੇ ਨੰਬਰ 'ਤੇ ਤਾਂ ਮੈਨੂੰ ਲੱਗਦਾ ਮੈਨੂੰ ਡਰ ਹੀ ਨਹੀਂ ਲੱਗਣਾ, ਫਿਰ ਮੈਂ ਤੜਕੇ ਪੜ੍ਹ ਕੇ ਉਹ ਮੈਨੂੰ ਆਨੰਦ ਆਊਗਾ ਨਿਰਭਉ, ਹੈਨਾ ਜੇ ਮੇਰਾ ਵੈਰ ਹੀ ਨਿਬੜ ਜੇ ਮੈਨੂੰ ਸਾਰੇ ਐਂ ਲੱਗੀ ਜਾਣ ਵੀ ਆਹ ਵੀ ਮੇਰਾ ਹੀ ਹੈ ਆਹ ਵੀ ਮੇਰਾ ਹੀ ਆਹ ਵੀ ਮੇਰਾ ਹੀ ਹੈ, ਕਿਆ ਲੈਣਾ ਮੈਂ ਕੋਈ ਹਿੰਦੂ ਸਿੱਖ ਮੁਸਲਮਾਨ ਤੋਂ, ਪਹਿਲਾਂ ਤਾਂ ਬੰਦੇ ਦਾ ਰੌਲਾ ਹੈ। ਸਾਡੇ ਗੁਰੂਆਂ ਨੇ ਇਸ ਕਲਾਸਾਂ ਇਹ ਜਮਾਤਾਂ ਸਾਨੂੰ ਤਾਂ ਥੋੜ੍ਹਾ ਬਖਸ਼ੀਆਂ ਸੀ ਕਿ ਆਉਣ ਵਾਲੇ ਟਾਈਮ 'ਚ ਭਾਈ ਤੁਸੀਂ ਲੜਿਆ ਕਰੋ, ਇਹ ਤਾਂ ਸਾਨੂੰ ਕਿਸੇ ਨੇ ਵੀ ਨਹੀਂ ਕਿਹਾ, ਨਾ ਕਿਸੇ ਮੰਦਰ ਵਾਲੇ ਨੇ ਕਿਹਾ, ਨਾ ਕਿਸੇ ਮਸੀਤ ਵਾਲੇ, ਨਾ ਕਿਸੇ ਗੁਰੂ ਘਰ ਵਾਲੇ ਗੁਰਦੁਆਰਾ ਸਾਹਿਬ ਵਾਲੇ, ਉਹ ਤਾਂ ਕਹਿੰਦੇ ਆ ਵੀ ਚਾਰ ਦਰਵਾਜ਼ਿਆਂ ਨੂੰ ਦੇਖ, ਉਹ ਤਾਂ ਕਹਿੰਦੇ ਆ ਸਾਈਂ ਮੀਆਂ ਮੀਰ ਹੋਰਾਂ ਤੋਂ ਹਰਿਮੰਦਰ ਸਾਹਿਬ ਦੀ ਜਿਉਂ ਨੂੰ ਮਹਿਸੂਸ ਕਰ, ਉਹ ਤਾਂ ਕਹਿੰਦੇ ਆ ਕਸ਼ਮੀਰੀ ਪੰਡਤਾਂ ਦੇ ਨਾਲ ਮਹਾਰਾਜ ਚਲੇ ਜਾਂਦੇ ਆ ਨੌਵੇਂ ਪਾਤਸ਼ਾਹ ਸੀਸ ਬਖਸ਼ੇ, ਅਤੇ ਉੱਧਰ ਹਰੀ ਓਮ ਨਮੋ ਨਾਰਾਇਣ ਬੋਲਦੇ ਹੋਣਗੇ ਮੰਡ ਬਾਈ, ਹੈ ਕਸ਼ਮੀਰੀ ਪੰਡਤ ਤੋਂ ਬ੍ਰਾਹਮਣ ਲੋਕ ਤਾਂ ਰੌਲਾ ਹੀ ਹੈ ਨਹੀਂ ਕਿਸੇ ਦਾ ਕਿਸੇ ਨਾਲ, ਅਤੇ ਮਰਨਾ ਅਤੇ ਬਸ ਆਪਦਾ ਜਿੰਦਾ ਦਿਲ ਹੋ ਕੇ ਮਰਨਾ ਯਾਰ ਜੀ। ਅਤੇ ਲੋਹੜੀ ਦਾ ਤਿਉਹਾਰ ਹੈ ਜਿੱਥੇ ਪਹਿਲਾਂ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ, ਹੁਣ ਧੀਆਂ ਨੂੰ ਵੀ ਧੀਆਂ ਦੀ ਵੀ ਲੋਹੜੀ ਮਨਾਈ ਜਾਂਦੀ, ਉਸਨੂੰ ਕਿਸ ਤਰ੍ਹਾਂ? ਇਹ ਬਹੁਤ ਵਧੀਆ ਗੱਲ ਹੈ, ਕੁੜੀਆਂ ਦੀ ਲੋਹੜੀ ਮਨਾਉਣੀ ਕਰਮਾਂ ਵਾਲੇ ਮਨਾਉਂਦੇ ਆ, ਹੈ ਸਮਾਜ ਦੇ ਵਿੱਚ ਪਰਿਵਾਰ ਛੋਟੇ ਹੁੰਦੇ ਜਾਂਦੇ ਨੇ, ਮਾਵਾਂ ਜਿਹੜੀਆਂ ਨੇ ਪੁੱਤਾਂ ਤੋਂ ਦੂਰ ਨੇ, ਪੁੱਤ ਜਿਹੜੇ ਉਹ ਪਿਆਰ ਜਿਹੜਾ ਪਹਿਲਾਂ ਵਾਲਾ ਨਹੀਂ ਰਿਹਾ ਮਾਵਾਂ ਨਾਲ, ਵੇਖ ਭਾਈ ਆਸ਼ਰਮ ਖੁੱਲਦੇ ਜਾ ਰਹੇ ਰੰਗ ਕਰਤਾਰ ਦੇ, ਬਸ ਉਹੀ ਗੱਲ ਆ ਬਾਈ, ਜਾਣੀ ਮੈਨੂੰ ਲੱਗਦਾ ਨਾ ਮੈਂ ਹੋਰ ਜਵਾਬਾਂ ਵਾਲੇ ਪਾਸੇ ਭੱਜੂਗਾ, ਕਿਤਾਬਾਂ ਹੋਰ ਫਰੋਲੂ, ਕੱਖ ਨਹੀਂ ਨਿਕਲਣਾ, ਬਸ ਉਹੀ ਵਣਾ ਨਾਉਣ ਲਈ ਕਿ ਕਰਮਾਂ ਦੇ ਲੇਖੇ ਆ ਬਸ, ਹੈਨਾ ਉਹ ਧੀਆਂ ਦੀ ਲੋਹੜੀ ਵਾਲਾ ਸੁਣਾਵਾਂਗੇ ਉਹ ਸੁਣਾ ਦੇਣਾ, ਜਿਸ ਘਰ ਵਿੱਚ ਧੀ ਆ ਜਾਵੇ ਬਰਕਤ ਆ ਜਾਂਦੀ ਹੈ, ਇਹ ਕਿਸੇ ਕੋਲੋਂ ਕੁਝ ਨਹੀਂ ਮੰਗਦੀ ਓਏ ਭਾਗਾਂ ਦਾ ਖਾਂਦੀ ਹੈ, ਵੀਰ ਦੇ ਵਿਆਹ 'ਤੇ ਵੀਰ ਦੇ ਵਿਆਹ 'ਤੇ ਨੱਚਦੀ ਅਤੇ ਗਾਉਂਦੀ ਛਗਣਾ ਦੀ ਘੋੜੀ, ਉਹ ਕਰਮਾਂ ਵਾਲੇ ਵੰਡਦੇ ਨੇ ਬਾਬਾ ਧੀਆਂ ਦੀ ਲੋਹੜੀ, ਵੇ ਕਰਮਾਂ ਵਾਲੇ ਵੰਡਦੇ ਨੇ ਬਾਬਾ ਧੀਆਂ ਦੀ ਲੋਹੜੀ, ਵੇ ਬਾਬਾ ਧੀਆਂ ਦੀ ਲੋਹੜੀ, ਵੇ ਬਾਬਾ ਧੀਆਂ ਦੀ ਲੋਹੜੀ, ਓ